ਮੀਨੇ ਪਹਿਲਾਂ ਪਨੀਰੀ ਲਾਈ ਸੀ ਤੁਸੀਂ ਤੇ ਕਿਹੋ ਜਿਹਾ ਰਿਜ਼ਲਟ ਮਿਲ ਰਿਹਾ ਕਿੰਨੇ ਥਾਂ ਚ ਲਾਈ ਹੋਈ ਹੈ ਜਿਹੜੀ ਫਸਲ ਲਾਈ ਹੈ ਇਹ ਇਹ ਬਾਈ ਦੀ 5 ਕਰਾਣਾ ਥਾਂ ਚ ਲਾਈ ਹੋਈ ਹੈ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਮਿਲ ਰਿਹਾ ਤੇ ਬੂਟਿਆਂ ਨੂੰ ਫਲ ਵੀ ਚੰਗਾ ਪਿਆ ਹੋਏ ਇਹ ਤਕਰੀਬਨ 2 ਕਿਲੋਟ੍ਰੇ ਹੈ ਤੇ ਭਾ ਤਾਂ ਮੰਡੀ ਦਾ ਸਮੇਂ ਸਮੇ ਦਾ ਹੈ ਕਦੇ 20 ਰੁਪਏ ਵਾਜ ਜਾਂਦਾ ਹੈ ਕਦੇ ਘਟ ਜਾਂਦਾ ਹੈ ਤਕਰੀਬਨ 600 ਦੀ ਲੱਗੀ ਜਾਂਦੀ ਹੈ ਉਤੋਂ ਕਮਿਸ਼ਨ ਕੱਟ ਪਹਿਲਾਂ ਤਾਂ ਵੇਜੇ ਅਸੀਂ ਰੋਜ਼ ਹੀ ਤੋੜਦੇ ਰਹੇ ਆ ਤੇ ਹੁਣ ਅਸੀਂ ਤੀਜੇ ਦਿਨੋਂ ਤੋੜਦੇ ਆ ਤੇ ਹੋ ਸਕਦਾ ਜਦੋਂ ਅੱਛਾਲ ਵਾਜੇ ਵੀ ਠੰਡ ਜਾਦੀ ਹੋ ਜੇ ਦੋ ਦਿਨ ਵੀ ਰੁਕਣਾ ਪੈ ਜਾਵੇ ਤਿੰਨ ਵੀ ਰੁਕਣਾ ਪੈ ਸਕਦਾ ਬਲਕਿ ਇੱਕ ਦਿਨ ਛੱਡ ਕੇ ਤੀਜੇ ਦਿਨੋਂ ਜਿਹੜੀ ਹੈਗੀ ਆ ਇਹ 50 ਕਿਲੋ ਟ੍ਰੀ ਟੁੱਟ ਜਾਂਦੀ ਕਿਸਨ ਇਹ ਸ਼ੁਰੂ ਕਰਨਾ ਹੋਵੇ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਸਟਰਾਬਰੀ ਦਾ ਕੰਮ ਸਟਰਾਬਰੀ ਦੀ ਖੇਤੀ ਕਿਵੇਂ ਕੀਤੀ ਜਾ ਸਕਦੀ ਤਨ ਵਾਰੀ ਚਾਰ ਵਾਰੀ ਪੰਜ ਵਾਰੀ ਚੰਗੀ ਤਰ੍ਹਾਂ ਡੰਗਾਈ ਚ ਪਾ ਕੇ ਫਿਰ ਇਹਦੇ ਤੇ ਕੰਪੋਸਟ ਪਾਇਆ ਜਾਂਦਾ ਜੋ ਵੀ ਜੜੀ ਖਾਦ ਆ ਰੂੜੀ ਵਗੈਰਾ ਦੀ ਜਾਂ ਕੁਕੜਾਂ ਦੀਆਂ ਮਿੱਠਾਂ ਵਗੈਰਾ ਉਹ ਪਾ ਕੇ ਇਹਨੂੰ ਬੜੇ ਸੋਹਣੇ ਢੰਗ ਨਾਲ ਤਰੀਕੇ ਨਾਲ ਪੱਧਰ ਕਰਕੇ ਸਾਰਾ ਕੰਪਿਊਟਰ ਕਰੈ ਲਾ ਕੇ ਇਹਨੂੰ ਬਣਾ ਕੇ ਉਸ ਤੋਂ ਬਾਅਦ ਟਰੈਕਟਰ ਨਾਲ ਇਹਦੇ ਬੈੱਡ ਪਾਏ ਜਾਂਦੇ ਆ ਇਹ ਬੈੱਡ ਬਾਈ ਜੀ ਕੋਈ ਤਾਂ ਦੋ ਲਾਉਣਾ ਲੈਣਾ ਲਾਉਂਦਾ ਗੋਟੀਆਂ ਦੀ ਨਰਸਰੀ ਜੀ ਜੋ ਪਨੀਰੀ ਹੈ ਦੋ ਲੈਣਾ ਲਾਉਂਦਾ ਕੋਈ ਤਿੰਨ ਲਾਉਂਦਾ ਉਹ ਆਪਦੇ ਹਿਸਾਬ ਨਾਲ ਹੀ ਵੱਡਾ ਛੋਟਾ ਕਰ ਸਕਦਾ ਹੈ ਇਹ ਆਪਾਂ ਤਿੰਨ ਲੈਣਾ ਲਾਈਆਂ ਹੋਈਆਂ ਜੀ ਆਹ ਫਸਲਾਂ ਨੂੰ ਬਿਮਾਰੀ ਲੱਗ ਜਾਂਦੀ ਹੈ ਹਣ ਸੁੰਡੀ ਪੈ ਜਾਂਦੀ ਹੋਰ ਬਿਮਾਰੀਆਂ ਲੱਗ ਜਾਂਦੀਆਂ ਸਟਰਾਬਰੀ ਨੂੰ ਕਿਹੜੀ ਬਿਮਾਰੀ ਲੱਗਦੀ ਹੈ ਇਹਨੂੰ ਬਾਈ ਜੀ ਸਭ ਤੋਂ ਜ਼ਿਆਦਾ ਫੰਗੀ ਸੜ ਆਉਂਦਾ ਹੈ ਫੰਗੀ ਸੜ ਆਉਂਦਾ ਜੇ ਤਾਂ ਪਹਿਲੀ ਤੇ ਗੱਲੇ ਤੇ ਤੜਕੇ ਆਥਨੇ ਨਿਗ੍ਹਾ ਰੱਖਣੀ ਪੈਂਦੀ ਇਹਦੇ ਵਿੱਚ ਰਹਿਣਾ ਪੈਂਦਾ ਬਹੁਤ ਹਾਰਡ ਵਰਕ ਕੰਮ ਇਹ ਤਾਂ 40 ਲੱਗੇ 2-3 ਦਿਨ ਤੱਕ ਫੰਗੀ ਸੈੱਡ ਦਾ ਬੂਟਾ ਸੁੱਕ ਜਾਂਦਾ ਜੇ ਉਹਦਾ ਪਤਾ ਲੱਗ ਜੇ ਫਿਰ ਉਹਦੀ ਬਈ ਸਫੰਗੀ ਸੈੱਡ ਦੀ ਸਪਰੇਅ ਕਰਨੀ ਪੈਂਦੀ ਹੈ ਜਾਂ ਥੱਲੇ ਟ੍ਰੀਟ ਕਰਨੀ ਪੈਂਦੀ ਹੈ ਕੰਮ ਬਹੁਤ ਹੌਕਾ ਬਈ ਹਾਰਡਵਰਕ ਹੈ ਫਰ ਸਰ ਇਹਦੇ ਚ ਪਹਿਲਾਂ ਮੈਂ 50 ਤੋਂ 60 ਕਿੱਲਿਆਂ ਦੀ ਕਣਕ ਝੋਨਾ ਕਰ ਲੈਣਾ ਬਿਨਾ ਸੀਰੀ ਤੋਂ ਪਰ ਇਹ ਪੰਜ ਕਨਾਲਾਂ ਗੋੜਣੀਆਂ ਲਵਾਈ ਬੈਠੀ ਹੈ ਮੂਜੇ ਪਾਣੀ ਪਹਿਲਾਂ ਤਾਂ ਆਉਂਦਾ ਸੀ ਆ ਹਲਦੀ ਜੀ ਹਲਦੀ ਚ ਆਪਣਾ ਫਸਲਾਂ ਲਾਈ ਜਾਂਦੇ ਸੀਗੇ ਜਦੋਂ ਦੀ ਸਟ੍ਰਾਬਰੀ ਲਾਈ ਹੈ ਉਦੋਂ ਆ ਆਪਾਂ ਨੂੰ ਸਾਰਾ ਕੰਮ ਕਰਨਾ ਪਿਆ ਪਲਾਸਟਿਕ ਦੀ ਪੈਪ ਪਾਈ ਐ ਜੋੜ ਪਾ ਕੇ ਹਵਾ ਵਾਲਾ ਫਿਲਟਰ ਲਾ ਕੇ ਤੇ ਅੱਗੇ ਡ੍ਰਿਪ ਸਿਸਟਮ ਦਿੱਤਾ ਹੋਇਆ ਇਹ ਹੈਗਾ ਨਹਿਰੀ ਪਾਣੀ ਲੈਣ ਦੇਣ ਵਾਸਤੇ ਖੇਰ ਦਾ ਪਾਣੀ ਜੇ ਮਿੱਟੀ ਜਿਆਦਾ ਆ ਜਾਂਦੀ ਹੈ ਉਹ ਜੇ ਇਹਦੇ ਵਿੱਚ ਨਾ ਫਿਲਟਰ ਸਾਫ ਪਾਣੀ ਸਾਫ ਹੋਵੇ ਤੇਗਾ ਪਾਈ ਪਾਈ ਜਾ ਕੇ ਫਸ ਜਾਂਦਾ ਤੇ ਪਾਣੀ ਪ੍ਰੋਪਰ ਢੰਗ ਨਾਲ ਸਟੋਪਰੀ ਨੂੰ ਨਹੀਂ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਕਣਕ ਝੋਨੇ ਚੋਂ ਨਿਕਲ ਕੇ ਥੋੜੀਆਂ ਥੋੜੀਆਂ ਵੈਰਾਈਟੀਆਂ ਆਪਦੀ ਫਸਲ ਦੇ ਮੁਤਾਬਕ ਆਪਦੇ ਜ਼ਮੀਨ ਦੇ ਹਿਸਾਬ ਨਾਲ ਆਪਾਂ ਦੂਜੇ ਪਾਸੇ ਸਬਜ਼ੀ ਵਾਲੇ ਪਾਸੇ ਵੀ ਆਈਏ ਫਰੂਟ ਵਾਲੇ ਪਾਸੇ ਆਈਏ ਬਾਕੀ ਬਾਗ ਵਾਲੇ ਪਾਸੇ ਵੀ ਆਈਏ ਜਿਹਦੇ ਨਾਲ ਆਈਆਂ ਆਪਾਂ ਨੂੰ ਡ੍ਰਿਪ ਸਿਸਟਮ ਰਾਈ ਪਾਣੀ ਵੀ ਬਹੁਤ ਘੱਟ ਲੱਗਦਾ ਤੇ ਪਾਣੀ ਦੀ ਬਚਤ ਹੁੰਦੀ ਹੈ ਤੇ ਆਉਣਾ ਚਾਹੀਦਾ ਬਈ ਜੀ ਮੁਨਾਫਾ ਵੀ ਵੱਧ ਖੇਤੀ ਵਿਭਿੰਨਤਾ ਦੀ ਲਗਾਤਾਰ ਗੱਲ ਹੁੰਦੀ ਹੈ ਪਰ ਖੇਤੀ ਵਿਭਿੰਨਤਾ ਨੂੰ ਕਿਵੇਂ ਲਾਗੂ ਕੀਤਾ ਜਾਵੇ ਸਾਡੇ ਨਾਲ ਅੱਜ ਇੱਕ ਕਿਸਾਨ ਨੇ ਬਾਈ ਪ੍ਰਦੀਪ ਸਿੰਘ ਜੋ ਕਿ ਕਣਕ ਝੋਨੇ ਤੋਂ ਹਟ ਕੇ ਨਵੀਂ ਖੇਤੀ ਕਰਦੇ ਆ ਸਟਰਾਬਰੀ ਦੀ ਖੇਤੀ ਕਰਦੇ ਆ ਸਾਡੇ ਨਾਲ ਬਾਈ ਪ੍ਰਦੀਪ ਸਿੰਘ ਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਬਾਈ ਜੀ ਠੀਕ ਠਾਕ ਜੀ ਤੁਹਾਡਾ ਸਾਡੇ ਫਰਮ ਤੇ ਆਇਆ ਬਹੁਤ ਬਹੁਤ ਜੀ ਆਇਆਂ ਬਾਈ ਜੀ ਬਾਈ ਸਾਨੂੰ ਪਤਾ ਲੱਗਿਆ ਤੁਸੀਂ ਸਟਰਾਬਰੀ ਦੀ ਖੇਤੀ ਕਰਦੇ ਹੋ ਕਿੰਨਾਵਾਂ ਸਾਲ ਆ ਇਹ ਤੁਹਾਨੂੰ ਕਦੋਂ ਸ਼ੁਰੂ ਕੀਤੀ ਸੀ ਸਟਰਾਬਰੀ ਦੀ ਖੇਤੀ ਹਾਂਜੀ ਕਦੋਂ ਤੋਂ ਕਰ ਰਹੇ ਹੋ ਬਾਈ ਜੀ ਅਸੀਂ ਅੱਜ ਕੀ ਪਹਿਲੇ ਸਾਲ ਕੀਤੀ ਹੈ ਤੇ ਤਕਰੀਬਨ ਨੌਵੇਂ ਮਹੀਨੇ ਦੀ 22 23 ਤਰੀਕ ਨੂੰ ਅਸੀਂ ਇਹ ਪਨੀਰੀ ਲਾਈ ਹੈ ਤੇ ਇਹ ਪਹਿਲਾ ਸਾਲ ਹੀ ਹੈ ਸਾਡਾ ਅਰਕੀ ਤਿੰਨ ਮਹੀਨੇ ਪਹਿਲਾਂ ਪਨੀਰੀ ਲਾਈ ਸੀ ਤੁਸੀਂ ਹਾਂਜੀ ਤੇ ਕਿਹੋ ਜਿਹਾ ਰਿਜ਼ਲਟ ਮਿਲ ਰਿਹਾ ਕਿੰਨੇ ਥਾਂ ਚ ਲਾਈ ਹੋਈ ਹੈ ਜਿਹੜੀ ਫਸਲ ਲਾਈ ਹੈ ਇਹ ਬਾਈ ਜੀ ਪੰਜ ਕਰਾਣਾ ਥਾਂ ਚ ਲਾਈ ਹੋਈ ਹੈ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਮਿਲ ਰਿਹਾ ਤੇ ਬੂਟਿਆਂ ਨੂੰ ਫਲ ਵੀ ਚੰਗਾ ਪਿਆ ਹੋਏ ਤਾਂ ਇਧਰ ਬੂਟੇ ਵੀ ਦਿਖਾ ਦਿਓ ਕ੍ਰਿਸ਼ਨ ਬਾਈ ਹੁਰੀ ਕਹਿੰਦੇ ਬਹੁਤ ਵਧੀਆ ਫਲ ਪਿਆ ਬਾਈ ਦਿਖਾਉਂਗੇ ਤੁਸੀਂ ਤੋੜ ਕੇ ਹਨਾ ਫਲ ਵੀ ਸਾਨੂੰ ਦਿਖਾਓ ਤੁਸੀਂ ਤੇ ਇਹ ਬੂਟੇ ਲੱਗੇ ਹੋਇਆ ਬਾਈ ਹੁਰਾਂ ਦੇ ਸਵੇਰੇ ਤੜਾਈ ਕਰ ਲਈ ਇੱਕ ਵਾਰ ਤੇ ਦੁਪਹਿਰ ਦਾ ਵੇਲਾ ਹੁਣ ਤੇ ਬਾਈ ਹੁਰੀ ਕਹਿੰਦੇ ਤੜਾਈ ਕਰ ਲਈ ਤੇ ਬਹੁਤ ਹੀ ਵਧੀਆ ਜਿਹੜਾ ਇਹਨਾਂ ਨੂੰ ਫਲ ਲੱਗਿਆ ਹੋਇਆ ਬਾਈ ਹੁਰੀ ਦਿਖਾ ਰਹੇ ਆਪਾਂ ਨੂੰ ਸਟ੍ਰੌਬਰੀ ਲਾਈ ਹੋਈ ਹੈ ਤੇ ਕਹਿੰਦੇ ਪੰਜ ਕਨਾਲਾਂ ਚ ਲਾਈ ਆ ਪਹਿਲੀ ਈ अच्छा ए भाई किडी किस्म के आ ए विंटर डाउन भाई जी ਆਪਾਂ ਖਾ ਕੇ ਵੀ ਵੇਖ ਲਈਏ ਹਨਾ ਜਰੂਰ ਬਾਈ ਜੀ ਹਾਂ ਤੇ ਮਿੱਠੀ ਆ ਹਾਂਜੀ ਬਾਈ ਜੀ ਬਹੁਤ ਵਧੀਆ ਜੀ ਮਠਾਸ ਬਹੁਤ ਹੂੰ ਮਤਲਬ ਬਾਈ ਜੀ ਜਿਵੇਂ ਹੁਣ ਕਣਕ ਝੋਨਾ ਲਾਉਨੇ ਆ ਹਨਾ ਆਪਾਂ ਹਾਂਜੀ ਕਣਕ ਝੋਨਾ ਲਿਜਾ ਕੇ ਮੰਡੀ 'ਚ ਸੱਟ ਦਿੰਨੇ ਆ ਜੀ ਜਦੋਂ ਇਹ ਲਾਈ ਜਦੋਂ ਬੀਜੀ ਕਿਵੇਂ ਖਿਆਲ ਆਇਆ ਕਿਵੇਂ ਕਿਸੇ ਨੇ ਉਤਸ਼ਾਹਿਤ ਕੀਤਾ ਕਿਸੇ ਕਿਸੇ ਤੋਂ ਇਨਸਪਾਇਰ ਹੋਏ ਵੀ ਆਪ ਫਸਲ ਬੀਜੀ ਜਾਵੇ ਕੋਈ ਹੋਰ ਕਿਉਂ ਨਹੀਂ ਸਟ੍ਰਾਬਰੀ ਹੀ ਕਿਉਂ ਇਹ ਬਾਈ ਜੀ ਪਹਿਲਾਂ ਮੈਂ ਨੈਟ ਤੇ ਸਰਚ ਮਾਰੀ ਜਾਂਦਾ ਹਾਂ ਜਦੋਂ ਕਿਤੇ ਵਿਹਲਾ ਹੋਵਾਂ ਮੇਰਾ ਕੰਮ ਖੇਤੀਬਾੜੀ ਤੇ ਸਾਰਾ ਤੇ ਉਦੋਂ ਮੈਂ ਪਿਛਲੇ ਸਾਲ ਕਈ ਥਾਵਾਂ ਤੇ ਜਾ ਕੇ ਵੇਖਦਾ ਰਿਹਾ ਬਈ ਕਿੱਥੇ ਸਟ੍ਰਾਬਰੀ ਹੈਗੀ ਆ ਉੱਥੇ-ਉੱਥੇ ਜਾ ਕੇ ਮੈਂ ਇਹਦੀ ਸਰਚ ਕੀਤੀ ਫਿਰ ਮੈਂ ਕਰਦਾ ਕਰਦਾ ਮੋਗੇ ਗਿਆ ਬੁੱਗੀਪੁਰਾ ਚੌਂਕ ਦੇ ਨੇੜੇ ਬਾਈ ਔਰੇ ਕੰਮ ਕਰਦੇ ਆ ਜਸਪਰੀ ਤੁਰੇ ਫਿਰ ਉਹਨਾਂ ਕੋਲੇ ਗਿਆ ਉਹਨਾਂ ਨੇ ਮੈਨੂੰ ਬੜੀ ਵਧੀਆ ਜਾਣਕਾਰੀ ਦਿੱਤੀ ਇਹਦੇ ਬਾਰੇ ਤੇ ਉਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਮਨ ਦੇ ਵਿੱਚ ਬਣਾ ਲਿਆ ਵੀ ਸਟ੍ਰਾਬਰੀ ਹੀ ਲਾਉਣੀ ਹੈ ਤੇ ਲਾਤੀ ਆ ਕੇ ਆਮ ਜਿਵੇਂ ਆਪਾਂ ਗੱਲ ਲਈ ਹੈ ਨਾ ਕੋਈ ਕਮਾਦ ਬੀਜ ਲੈਂਦਾ ਚਲੋ ਹੁਣ ਤੱਕ ਜਿਹੜੀਆਂ ਆਪਣੇ ਏਰੀਆ ਦੇ ਤਾਂ ਖੰਡ ਮਿਲਣਾ ਬੰਦ ਹੋ ਗਈਆਂ ਹਨ ਤੇ ਵੀ ਮੈਂ ਇਹ ਪੁੱਛ ਰਿਹਾ ਸੀ ਵੀ ਸਟ੍ਰਾਬਰੀ ਹੀ ਕਿਉਂ ਹੋਰ ਫਸਲ ਕਿਉਂ ਨਹੀਂ ਵੀ ਕਣਕ ਝੋਨੇ ਤੋਂ ਹਟ ਕੇ ਠੀਕ ਆ ਕੋਈ ਕਿੰਨੂ ਲਾ ਲੈਂਦਾ ਆਪਣੇ ਕਿੰਨੂ ਹੋ ਜਾਂਦੇ ਆ ਹਨ ਸਟ੍ਰਾਬਰੀ ਇੱਕ ਮਤਲਬ ਵੱਖਰਾ ਜਿਹਾ ਇੱਕ ਵਿਸ਼ਾ ਹੈ ਸਟ੍ਰਾਬਰੀ ਜਿਹੜਾ ਫਲ ਪੰਜਾਬ ਦਾ ਫਲ ਨਹੀਂ ਬਾਹਰ ਦਾ ਫਲ ਹੈ ਹਾਂ ਇਹ ਬਾਈ ਜੀ ਜਿਵੇਂ ਕਈ ਵਾਰਾਂ ਵਿਆਹ ਸ਼ਾਦੀਆਂ ਜਾਂ ਕਿਤੇ ਵਰਗ ਤੇ ਇਕੱਠੇ ਹੁੰਦੇ ਆ ਉਥੇ ਪੁਰਾਣੇ ਬਜ਼ੁਰਗ ਕਹਿੰਦੇ ਆ ਆਓ ਇਹ ਹਟਾੜ ਵਾਲਿਓ ਆ ਗਏ ਆ ਉਦੋਂ ਐਂ ਮਹਿਸੂਸ ਹੁੰਦਾ ਵੀ ਇਹ ਠਾੜ ਵਾਲੇ ਯਾਰ ਸਾਨੂੰ ਪਛੇਤਾ ਜਾ ਦੱਸਦੇ ਆ ਵੀ ਪਿਛਾ ਪਿਛੜਿਆ ਜਾ ਹੋਇਆ ਪਿੰਡ ਇਸ ਕਰਕੇ ਇਹ ਵਿਦੇਸ਼ਾਂ ਦੀ ਫਸਲ ਆ ਕੈਨੇਡਾ ਅਮਰੀਕਾ ਇੰਗਲੈਂਡ ਵਗੈਰਾ ਦੀ ਤੇ ਮਨ ਦੇ ਵਿੱਚ ਆਈ ਐ ਇਦਾਂ ਦਾ ਕੁਝ ਕਰ ਗਏ ਯਾਰ ਜੋ ਪੰਜਾਬ ਦੀ ਧਰਤੀ ਤੇ ਕਰ ਗਏ ਫਰੀਦਕੋਟ ਏਰੀਆ 'ਚ ਕਰ ਗਏ ਬਈ ਸਾਨੂੰ ਹਟਾੜ ਵਾਲਾ ਕਹਿਣੋ ਹਟ ਜਾਣ ਇਹ ਅਸੀਂ ਇੱਕ ਜਿਹੜਾ ਆਪਦੇ ਸਿਰ ਤੇ ਮੱਥੇ ਤੇ ਕਲੰਕ ਲੱਗਿਆ ਉਹ ਹੀ ਹਟਾਇਆ ਤੇ ਪਤਾ ਲੱਗ ਗਿਆ ਵੀ ਵਾਕਈ ਸਟ੍ਰਾਬਰੀ ਬਾਹਰਲੇ ਮੁਲਕਾਂ ਵਾਲੀ ਜੋ ਜੋ ਹੈਗਾ ਫਰੂਟ ਆ ਇੱਥੇ ਆਪਣੇ ਫ੍ਰੀ ਗ੍ਰੇਡ ਏਰੀਆ 'ਚ ਵੀ ਹੁੰਦਾ ਤੇ ਪੰਜਾਬ ਦੀ ਧਰਤੀ ਤੇ ਹੁੰਦਾ ਹੈ ਹਾਂਜੀ ਬਹੁਤ ਵਧੀਆ ਜੀ ਜੀ ਤੇ ਬਈ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਹਨਾ ਆ ਬੈੱਡ ਬਣਾਏ ਹੋਏ ਆ ਤੁਸੀਂ ਤੇ ਕਿਹੜੀਆਂ ਕਿਹੜੀਆਂ ਦਿੱਕਤਾਂ ਆਈਆਂ ਕਿਵੇਂ ਸ਼ੁਰੂ ਕੀਤਾ ਮੈਂ ਚਾਹੁੰਗਾ ਦੱਸ ਦਿਓ ਜੇ ਕਿਸੇ ਨੇ ਸ਼ੁਰੂ ਕਰਨਾ ਹੋਵੇ ਕੰਮ ਜਿਵੇਂ ਹੁਣ ਹੁਣ ਤਾਂ ਚਲੋ ਹਨਾ ਵੀ ਰੁੱਤ ਕੁਛ ਟਾਈਮ ਨੂੰ ਹਨਾ ਜਾਪੂਗੀ ਇਹਦੀ ਤੇ ਵੀ ਜੇ ਅਗਲੇ ਸਾਲ ਕਿਸੇ ਨੇ ਸ਼ੁਰੂ ਕਰਨਾ ਹੋਵੇ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਸਟਰਾਬਰੀ ਦਾ ਕੰਮ ਸਟਰਾਬਰੀ ਦੀ ਖੇਤੀ ਕਿਵੇਂ ਕੀਤੀ ਜਾ ਸਕਦੀ ਹੈ ਇਹ ਬਾਈ ਜੀ ਖੇਤੀ ਦਾ ਕੰਮ ਐ ਉਹ ਆ ਪਹਿਲਾਂ ਤਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਲੋ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਚੰਗੀ ਤਰ੍ਹਾਂ ਡੰਗਾਈ ਚ ਵਾਹ ਕੇ ਫਿਰ ਇਹਦੇ ਤੇ ਕੰਪੋਸਟ ਪਾਇਆ ਜਾਂਦਾ ਜੋ ਵੀ ਜੜੀ ਖਾਦ ਆ ਰੂੜੀ ਵਗੈਰਾ ਦੀ ਜਾਂ ਕੁੱਕੜਾਂ ਦੀਆਂ ਮਿੱਠਾਂ ਵਗੈਰਾ ਉਹ ਪਾ ਕੇ ਇਹਨੂੰ ਬੜੇ ਸੋਹਣੇ ਢੰਗ ਨਾਲ ਤਰੀਕੇ ਨਾਲ ਅਧਰ ਕਰਕੇ ਸਾਰਾ ਕੰਪਿਊਟਰ ਕਰਾਇਆ ਲਾ ਕੇ ਇਹਨ ਬਣਾ ਕੇ ਉਸ ਤੋਂ ਬਾਅਦ ਟਰੈਕਟਰ ਨਾਲ ਇਹਦੇ ਬੈੱਡ ਪਾਏ ਜਾਂਦੇ ਆ। ਅੱਛਾ। ਬੈੱਡ ਬਣਾ ਕੇ ਜੋ ਵੀ ਕੋਈ ਤਾਂ ਦੋ ਲੈਣਾ ਲਾਉਂਦਾ। ਬੈੱਡ ਕਿੰਨਾ ਰੱਖੀਦਾ ਹਾਂ? ਮਤਲਬ ਕਿੰਨੇ ਫੁੱਟ ਦਾ ਰੱਖਦੇ ਹਾਂ ਬੈੱਡ? ਕਿੰਨਾ ਵਿੱਥ ਹੋਣੀ ਚਾਹੀਦੀ ਹੈ ਵਿਜਾਲੇ? ਹਾਂਜੀ। ਇਹ ਬੈੱਡ ਬਾਈ ਜੀ ਕੋਈ ਤਾਂ ਦੋ ਲਾਉਣਾ ਲੈਣਾ ਲਾਉਂਦਾ ਬੂਟਿਆਂ ਦੀਆਂ। ਨਰਸਰੀ ਦੀ ਜੋ ਪਨੀਰੀ ਹੈ ਦੋ ਲੈਣਾ ਲਾਉਂਦਾ ਕੋਈ ਤਿੰਨ ਲਾਉਂਦਾ। ਉਹ ਆਪਦੇ ਹਿਸਾਬ ਨਾਲ ਹੀ ਵੱਡਾ ਛੋਟਾ ਕਰ ਸਕਦਾ ਹੈ। ਇਹ ਆਪਾਂ ਤਿੰਨ ਲੈਣਾ ਲਾਈਆਂ ਹੋਈਆਂ ਜੀ ਤੇ 3 ਫੁੱਟ ਦਾ ਬੈੱਡ ਆ। 3 ਫੁੱਟ ਤੇ ਬੈੱ ਫੋਟ ਫੋਟ ਦੇ ਉੱਤੇ ਹਾਂਜੀ ਤੇ ਜਿਹੜੀ ਵਿਚਾਲੜੀ ਖਾਲੀ ਆ ਫੁੱਟ ਦੀ ਖਾਲੀ ਰਹਿ ਜਾਂਦੀ ਐ 3 ਫੁੱਟ ਦਾ ਬੈੱਡ ਆ 1 ਫੁੱਟ ਦੀ ਖਾਲੀ ਐ ਉਸ ਤੋਂ ਬਾਅਦ ਜਿਵੇਂ ਹੁਣ ਆਹ ਹੈ ਨਾ ਉੱਤੇ ਮੂਮ ਜਾਮਾ ਪਾਇਆ ਹੋਇਆ ਦਿਖਾ ਦਿਓ ਇੱਕ ਵਾਰ ਥੱਲੇ ਬੈੱਡ ਦਿਖਾ ਦਿਓ ਜਿਹੜੇ ਬੈੱਡ ਬਣਾਏ ਹੋਏ ਆ ਉੱਤੇ ਮੂਮ ਜਾਮਾ ਬਾਈ ਪਾਇਆ ਹੋਇਆ ਫੇਰ ਉੱਤੇ ਫੇਰ ਇੱਕ ਜਿਹੜਾ ਮੂਮ ਜਾਮਾ ਚੜਾਉਨੇ ਉਹ ਕਿਉਂ ਇਹ ਕਾਦੇ ਹਾਸਤੇ ਆ ਇਹ ਬਾਈ ਜੀ ਥੱਲੇ ਜਿਹੜਾ ਮੂਮ ਜਾਮਾ ਪਾਇਆ ਜਾਂਦਾ ਇਹ ਹੈਗਾ ਮਲਚਿੰਗ ਕਰਨੀ ਇਹ ਪਹਿਲਾਂ ਤਾਂ ਜਿਵੇਂ ਬੂਟੇ ਲਾਤੇ ਫਿਰ ਮਹੀਨੇ ਬਾਅਦ ਜਾਂ 20 ਦਿਨਾਂ ਬਾਅਦ ਇਹਦੇ ਤੇ ਗੋਡੀ ਕਰਨੀ ਜ਼ਰੂਰੀ ਆ ਰੰਬੀ ਨਾਲ ਗੋਡੀ ਹੁੰਦੀ ਹੈ ਦੋ ਵਾਰੀ ਉਸ ਤੋਂ ਬਾਅਦ ਗੋਡੀ ਕਰਨ ਤੋਂ ਬਾਅਦ ਇਹਦੇ ਤੇ ਮਲਚਿੰਗ ਪਾਈ ਜਾਂਦੀ ਹੈ ਮਲਚਿੰਗ ਦਾ ਕੰਮ ਇੱਕ ਤਾਂ ਇਹ ਆ ਵੀ ਗੰਦ ਤੋਂ ਰੁਕ ਜਾਂਦਾ ਹੈ ਗੰਦ ਨਹੀਂ ਹੁੰਦਾਗਾ ਤੇ ਦੂਜਾ ਕੰਮ ਇਹਦਾ ਇਹ ਹੈ ਵੀ ਇਹ ਜਿਹੜਾ ਫਰੂਟ ਇਹਨੂੰ ਲੱਗੂਗਾ ਉਹ ਖਰਾਬ ਨਹੀਂ ਹੁੰਦਾਗਾ ਫਰੂਟ ਬਿਲਕੁਲ ਫਰੈਸ਼ ਪਿਆ ਰਹਿੰਦਾ ਇਹਦੇ ਉੱਤੇ ਉਵੇਂ ਤੋੜ ਕੇ ਡੱਬੀਆਂ 'ਚ ਪੈਕ ਹੋ ਜਾਂਦਾ ਤੇ ਜਿਹੜਾ ਇਹਦਾ ਉਤਲਾ ਲੋਟਰਨਾ ਆ ਚਿੱਟੇ ਰੰਗ ਦਾ ਲਫਾਫਾ ਜਿਹੜਾ ਪਾਇਆ ਹੋਇਆ ਹੈ ਏ ਬਾਈ ਜੀ ਜਦੋਂ ਸਿਆਲ ਆ ਜਾਏ ਕੋਰਾ ਪੈਣ ਲੱਗ ਜਾਂਦਾ ਜਿਵੇਂ ਧੁੰਦ ਬਾੜੀ ਵੱਜ ਜਾਂਦੀ ਹੈ ਉਦੋਂ ਇਹਦੇ ਤੇ ਪਾਉਣਾ ਜ਼ਰੂਰੀ ਹੋ ਜਾਂਦਾ ਹੈ ਇੱਕ ਤੇ ਇਹ ਕੋਰੇ ਤੋਂ ਬਚਾਉਂਦਾ ਤੇ ਦੂਜਾ ਇਹਨੂੰ ਗਰਮੈਸ਼ ਦਿੰਦਾ ਤੇ ਫਲ ਵਧੀਆ ਪੱਕਦਾ ਤੇ ਫਲ ਦੀ ਫਲ ਦੀ ਸ਼ਾਈਨਿੰਗ ਆਉਂਦੀ ਹੈ ਹੁਣ 3 ਮਹੀਨੇ ਹੋ ਗਏ ਤੁਹਾਨੂੰ ਆਮ ਕੋਈ ਦਿੱਕਤ ਹੋਰ ਆਈ ਜਿਵੇਂ ਬਿਮਾਰੀ ਲੱਗ ਜਾਂਦੀ ਆ ਫਸਲ ਨੂੰ ਆਮ ਫਸਲਾਂ ਨੂੰ ਬਿਮਾਰੀ ਲੱਗ ਜਾਂਦੀ ਆ ਹਨਾ ਸੁੰਡੀ ਪੈ ਜਾਂਦੀ ਹੋਰ ਬਿਮਾਰੀਆਂ ਲੱਗ ਜਾਂਦੀਆਂ ਸਟਰਾਬਰੀ ਨੂੰ ਕਿਹੜੀ ਬਿਮਾਰੀ ਲੱਗਦੀ ਹੈ ਇਹਨੂੰ ਬਾਈ ਜੀ ਸਭ ਤੋਂ ਜ਼ਿਆਦਾ ਫੰਗੀ ਸੜ ਆਉਂਦਾ ਹੈ ਫੰਗੀ ਸੜ ਆਉਂਦਾ ਜੇ ਤਾਂ ਪਹਿਲੀ ਗੱਲੇ ਤੇ ਤੜਕੇ ਆਥਨੇ ਨਿਗਾਹ ਰੱਖਣੀ ਪੈਂਦੀ ਇਹਦੇ ਵਿੱਚ ਰਹਿਣਾ ਪੈਂਦਾ ਬਹੁਤ ਹਾਰਡਵਰਕ ਕੰਮ ਜਦੋਂ ਜੇ ਇਹਦਾ ਨਾਮ ਪਤਾ ਲੱਗੇ 2-3 ਦਿਨ ਤੱਕ ਫੰਗੀ ਸੈੱਡ ਦਾ ਬੂਟਾ ਸੁੱਕ ਜਾਂਦਾ ਜੇ ਉਹਦਾ ਪਤਾ ਲੱਗ ਜੇ ਫਿਰ ਉਹਦੀ ਬਈ ਫੰਗੀ ਸੈੱਡ ਦੀ ਸਪਰੇਅ ਕਰਨੀ ਪੈਂਦੀ ਹੈ ਜਾਂ ਥੱਲੇ ਡ੍ਰਿਚ ਕਰਨੀ ਪੈਂਦੀ ਹੈ ਹਾਂਜੀ ਉ ਇੱਥੇ ਮਤਲਬ ਡਾਕਟਰਸ ਹੈਗੇ ਆ ਨੇੜੇ ਸਟ੍ਰੌਬਰੀ ਦੇ ਸੰਪਰਕ ਕਰ ਲੈਣੇ ਤੁਸੀਂ ਜਿਵੇਂ ਤੁਸੀਂ ਕਿ ਆਹ ਦਿੱਕਤਾਂ ਆਈਆਂ ਥੋੜੀਆਂ ਜੀਆਂ ਹਾਂਜੀ ਇੱਥੇ ਵੈਸੇ ਸਪੈਸ਼ਲ ਸਟ੍ਰੌਬਰੀ ਦਾ ਡਾਕਟਰ ਹੈ ਨਹੀਂਗਾ ਵੈਸੇ ਜਿਹੜੇ ਸਾਡੇ ਏਰੀਏ ਦੇ ਡਾਕਟਰ ਸਾਹਿਬਾ ਨੇ ਸਾਦਕ ਹੈ ਜਾਂ ਆਪਣੇ ਫ੍ਰੀ ਕੋਰ ਡਾਕਟਰ ਵਾ ਮੈਂ ਉਹਨਾਂ ਕੋਲੇ ਜਾ ਕੇ ਦੱਸਦਾ ਉਹ ਆਪਾਂ ਨੂੰ ਸਾਰੀ ਜਾਣਕਾਰੀ ਦੇ ਦਿੰਦੇ ਆ ਤੇ ਕਈ ਵਾਰ ਡਾਕਟਰ ਇੱਥੇ ਆਉਂਦੇ ਵੀ ਆ ਉਸ ਇੱਥੇ ਆ ਕੇ ਵੀ ਦੱਸਦੇ ਜੇ ਮੈਂ ਫੋਨ ਕਰਦਾ ਜਾਂ ਉਹ ਫੋਨ ਤੇ ਮੈਨੂੰ ਸਾਰੀ ਇਹਦੀ ਅੱਗੋਂ ਦੀ ਜਿਹੜੀ ਜਾਣਕਾਰੀ ਆ ਦੇ ਦਿੰਦੇ ਆ ਬਾਈ ਆਏ ਆ ਹਨ ਜਿਵੇਂ ਤੁਸੀਂ ਕਹਿ ਕੇ ਪਹਿਲਾਂ ਬੂਟੇ ਲਾ ਕੇ 20 ਦਿਨ ਬਾਅਦ ਜਿਹੜਾ ਗੋਡੀ ਕਰਨੀ ਪੈਂਦੀ ਆ ਹਨ ਫਿਰ ਮੂਮ ਜਾਮਾ ਜਿਵੇਂ ਹਨਾ ਲਾਉਣਾ ਕਰਨਾ ਸਾਰਾ ਤੜਾਈ ਕੰਮ ਤਾਂ ਬਹੁਤ ਔਖਾ ਹੈ ਕੰਮ ਬਹੁਤ ਔਖਾ ਬਾਈ ਜੀ ਹਾਰਡ ਵਰਕ ਆ ਫਰ ਸਾਰ ਇਹਦੇ ਚ ਪਹਿਲਾਂ ਮੈਂ 50 ਤੋਂ 60 ਕਿੱਲਿਆਂ ਦੀ ਕਣਕ ਝੋਨਾ ਕਰ ਲੈਣਾ ਬਿਨਾ ਸੀਰੀ ਤੋਂ ਪਰ ਇਹ ਪੰਜ ਕਨਾਲਾਂ ਗੋਡਣੀਆਂ ਲਵਾਈ ਬੈਠੀ ਹੈ ਮਤਲਬ ਜੇ ਕਿਸੇ ਨੇ ਕਰਨੀਆਂ ਤਾਂ ਵੀ ਮਿਹਨਤ ਤਾਂ ਕਰਨੀ ਪੈਣੀ ਆ ਹਨਾ ਵੀ ਜਿਵੇਂ ਆਪਾਂ ਕਣਕ ਲਾ ਕੇ ਕਣਕ ਮਤਲਬ ਝੋਨੇ ਵੇਲੇ ਤਾਂ ਕੰਮ ਹੁੰਦਾ ਕਣਕ ਵੇਲੇ ਇੰਨਾ ਕੰਮ ਨਹੀਂ ਹੁੰਦਾਗਾ ਘੱਟ ਹੁੰਦਾ ਕੰਮ ਕਣਕ ਬੀਜਤੀ ਬਸ ਹਨਾ ਵਿੱਚ ਰੇਪ ਪਾਉਣੀ ਆ ਉਸ ਤੋਂ ਬਾਅਦ ਬਹੁਤ ਘੱਟ ਕੰਮ ਇੰਨਾ ਕੰਮ ਹੈ ਨਹੀਂਗਾ ਵੀ ਇਹਦੇ ਵਿੱਚ ਕੰਮ ਕਿੰਨਾ ਕਿ ਵੀ ਜਿੰਦੇ ਮੈਂ ਤੁਸੀ ਕਿਹਾ ਪੰਜ ਕਨਾਲਾਂ ਚ ਜਿਹੜਾ ਮੈਂ ਤਾਂ ਹਨਾ ਵੀ ਇੰਨੀ ਲੇਬਰ ਵੀ ਰੱਖੀ ਬੈਠਾ ਤੇ ਟਾਈਮ ਵੀ ਬਹੁਤ ਦੇਣਾ ਪੈਂਦਾ ਇਹ ਬਾਈ ਜੀ ਹੁਣ ਆਪਣੇ ਪਿੰਡੋਂ ਤਿੰਨ ਘਰ ਆ ਤਿੰਨ ਘਰਾਂ ਨੂੰ ਪਹਿਲਾਂ ਤਾਂ ਗੱਲ ਪੰਜਾਂ ਕਨਾਲਾਂ ਚ ਕੰਮ ਮਿਲਿਆ ਹੋਇਆ ਬੜਾ ਸੋਹਣਾ ਅਸੀਂ ਪੈਣਾ ਭਰਾਵਾਂ ਨੂੰ ਰਹਿੰਦੇ ਆ ਸਾਰੇ ਇੱਥੇ ਆ ਜਾਂਦੇ ਆ ਕੰਮ ਤੜਕ ਤੜਕੇ ਆ ਕੇ ਪਹਿਲਾਂ ਤਾਂ ਇਹਦੇ ਤੋਂ ਲਫਾਫਾ ਲਾਉਣਾ ਪੈਂਦਾ ਸਾਰਾ ਲੋ ਟਰਨ ਲਾਉਣੀ ਪੈਂਦੀ ਹੈ ਫਿਰ ਇਹਦੀ ਤੜਾਈ ਕਰਦੇ ਆ ਤੜਾਈ ਕਰਕੇ ਪੈਕਿੰਗ ਕਰਦੇ ਆ ਪੈਕਿੰਗ ਵੀ ਆਪ ਹੀ ਕਰਦੇ ਆ ਇਸੇ ਨਾਲ ਹੁੰਦੇ ਆ ਤੇ ਸ਼ਾਮ ਦੇ ਟਾਈਮ ਤਕਰੀਬਨ 3:30 ਤੋਂ 4:00 ਵਜੇ ਤੱਕ ਅਸੀਂ ਇਹ ਲੋ ਟਰਨ ਪਾਉਣ ਲੱਗ ਜਾਂਦੇ ਆ ਘੰਟਾ ਡੂੜ ਘੰਟਾ ਲੱਗ ਜਾਂਦਾ ਦੋ ਜਣਿਆਂ ਨੂੰ ਪਾਉਂਦੇ ਆ ਪਾਉਂਦੇ ਆ ਹੰਬਾ ਦਿੰਦਾ ਹਾਂਜੀ ਪ੍ਰੋਸੈਸਿੰਗ ਵਗੈਰਾ ਆਪ ਹੀ ਕਰਦੇ ਹਾਂ ਹਾਂਜੀ ਬਾਈ ਜੀ ਪ੍ਰੋਸੈਸਿੰਗ ਆਪ ਕਰਦੇ ਆ ਡੱਬੀਆਂ 'ਚ ਪਾ ਲਈਦਾ ਉਸ ਤੋਂ ਬਾਅਦ ਵੱਡਾ 2 ਕਿਲੋ ਵਾਲਾ ਡੱਬਾ ਉਹਦੇ ਵਿੱਚ ਪਾ ਕੇ ਤੇ ਮੰਡੀ 'ਚ ਪੈਕਿੰਗ ਵੀ ਆਪ ਹੀ ਵੇਚ ਕੇ ਆਉਣੀ ਹੈ ਅੱਜ ਤੜਾਈ ਹੋਗੀ ਫਿਰ ਅੱਜ ਹੋਗੀ ਹਾਂਜੀ ਬਾਈ ਜੀ ਮਚਾਉਂਗਾ ਦਿਖਾਉ ਤੁਸੀ ਸਾਨੂੰ ਹਨਾ ਪ੍ਰੋਸੈਸਿੰਗ ਵੀ ਕਿਵੇਂ ਤੁਸੀਂ ਸਾਰਾ ਕਰਦੇ ਹੋ ਤੇ ਆਪਾਂ ਚਲ ਜੀ ਫਿਰ ਹਣਾ ਅੱਗੇ ਵੀ ਹਾਂਜੀ ਚਲੋ ਬਾਈ ਜੀ ਤਾਂ ਤੜਾਈ ਤੋਂ ਬਾਅਦ ਖੁਦ ਜਿਹੜਾ ਬਾਈ ਹੁਰੀ ਛੋਟੀਆਂ ਜਿਹੜੀਆਂ ਡੱਬੀਆਂ 'ਚ ਭਰ ਕੇ ਇਸ ਨੂੰ ਬਾਅਦ ਦੇ ਵਿੱਚ ਮਾਰਕੀਟ 'ਚ ਲੈ ਕੇ ਜਾਂਦੇ ਆ ਬਾਈ ਆਪ ਹੀ ਤੁਸੀਂ ਪ੍ਰੋਸੈਸਿੰਗ ਕਰਦੇ ਹੋ ਕਿਵੇਂ ਕਿਵੇਂ ਤੁਹਾਨੂੰ ਪਤਾ ਲੱਗਿਆ ਹਣਾ ਡੱਬੇ ਵਗੈਰਾ ਕਿੱਥੋਂ ਮਿਲੇ ਜਾਂ ਸੇਲ ਕਿੱਥੇ ਕਰਦੇ ਹੋ ਜਾ ਕੇ ਫਿਰ ਇਹ ਡੱਬੇ ਬਾਈ ਜੀ ਜਿਹੜੇ ਮੋਗੇ ਵਾਲੇ ਬੰਦੇ ਲਾਉਂਦੇ ਆ ਆਪਣੇ ਜਸਪਰੀ ਧੋਰੀ ਉਹਨਾਂ ਨਾਲ ਸਾਰੇ ਡਿਸਕਸ ਕੀਤੀ ਉਹਨਾਂ ਨੇ ਦੱਸਿਆ ਵੀ ਡੱਬੇ ਵੀ ਮੈਂ ਉਹਨਾਂ ਤੋਂ ਲੈ ਕੇ ਆਇਆ ਹਾਂ ਉਹਨਾਂ ਨੇ ਡੱਬੇ ਵਗੈਰਾ ਦਿੱਤੇ ਕੌਲੀਆਂ ਵਗੈਰਾ ਵੀ ਉਹਨਾਂ ਨੇ ਦਿੱਤੇ ਆ ਉਹਨਾਂ ਨੇ ਇੱਕ ਰੇ ਸਿਖਾਤਾ ਬਸ ਹੁਣ ਅੱਗੇ ਕੰਮ ਤਰਿਆ ਆਉਂਦਾ ਜੀ ਅੱਛਾ ਭਾਈ ਜਿਵੇਂ ਇਹ ਡੱਬੀਆਂ ਹਨਾ ਇਹ ਛੋਟੀ ਡੱਬੀ ਆ ਆ ਦਿਖਾ ਦਿਓ ਇਹ ਜਿਹੜੀ ਮਾਰਕੀਟ ਚ ਹਨਾ ਡੱਬੀ ਮਿਲਦੀ ਆ ਇਹ ਹਾਂਜੀ ਇਹ ਇਹ ਡੱਬੀ ਵਿਕਦੀ ਆ ਜਾਂ ਪੂਰਾ ਜਿਹੜਾ ਇਹ ਪੈਕਿੰਗ ਸੇਲ ਹੁੰਦੀ ਆ ਕਿ ਕੀ ਕੀ ਭਾਅ ਵਿਕਦੀ ਆ ਕਿਵੇਂ ਵਿਕਦੀ ਆ ਇਹ ਨਹੀਂ ਮੰਡੀ ਚ ਤਾਂ ਵੱਡੀ ਟਰੇ ਦੇ ਹਿਸਾਬ ਨਾਲ ਹੀ ਵਿਕਦੇ ਆ ਹੂੰ ਤੇ ਉਥੇ ਟ੍ਰੇਆਂ ਲੈ ਜਾਂਦੀਆਂ ਟ੍ਰੇਆਂ ਸਾਰੀਆਂ ਰੱਖ ਦੇ ਦਿੰਦੀਆਂ ਅੱਛਾ ਜੀ ਤੇ ਕੁਛ ਟਾਈਮ ਨਹੀਂ ਲੱਗਦਾਗਾ ਮੈਂ ਟੋਮੇਟੇ ਵਿਕ ਜਾਂਦੀਆਂ ਜਿਹੜੀ ਹੈਗੀ ਆ ਸਾਡੇ ਨੂੰ ਸਾਦਕ ਦਾ ਸਹਿਯੋਗ ਬੜਾ ਆ ਛੋਟੀ ਡੱਬੀ ਵਾਸਤੇ ਇਥੋਂ ਕਈ ਡਾਕਟਰ ਸਾਹਿਬਾਂ ਆਂਦਾ ਜਾਂ ਦੁਕਾਨ ਤੋਂ ਫੋਨ ਆ ਜਾਂਦਾ ਪ੍ਰਦੀਪ ਇੰਨੀ ਸਟ੍ਰੋਬਰੀ ਸਾਨੂੰ ਦੇ ਕੇ ਜਾਂੀ ਮੈਂ ਇਹ ਤੋਂ ਪੈਕਿੰਗ ਕਰਕੇ ਆਪ ਤੋੜ ਕੇ ਪੈਕਿੰਗ ਕਰਕੇ ਤੇ ਅੱਡੇ ਤੇ ਕਈ ਵਾਰੀ ਸਪਲਾਈ ਕਰਕੇ ਆਇਆ ਹੈ ਤੇ ਹੁਣ ਵੀ ਫੋਨ ਆਉਂਦੇ ਰਹਿੰਦੇ ਆ ਤੇ ਕਰਿਆਉਣਾ ਮਤਲਬ ਜਿਵੇਂ ਇਹਦੇ ਚ 8 ਟਰੇ ਆ ਬਾਈ ਹਨਾ ਅ 8 ਡੱਬੀਆਂ 8 ਡੱਬੀਆਂ ਛੂਟੀਆਂ ਹਨਾ ਇਹ ਪੂਰੀ ਟਰੇ ਦੇ ਵਿੱਚ 8 ਡੱਬੀਆਂ ਛੂਟੀਆਂ ਨੇ ਤੇ ਇਹ ਕਿੰਨੇ ਦੀ ਵਿਕ ਜਾਂਦੀ ਆ ਟਰੇ ਇਹ ਜਾਂ ਕਿੰਨੇ ਕੱਲੂ ਦੀ ਹੁੰਦੀ ਆ ਇਹ ਕੀ ਭਾਅ ਵਿਕਦੀ ਆ ਇਹ ਤਕਰੀਬਨ 2 ਕਿਲੋ ਦੀ ਟਰੇ ਐ ਤੇ ਭਾਅ ਤਾਂ ਮੰਡੀ ਦਾ ਸਮੇਂ-ਸਮੇਂ ਦਾ ਐ ਕਦੇ 20-30 ਰੁਪਏ ਵੱਜ ਜਾਂਦਾ ਐ ਕਦੇ ਘਟ ਜਾਂਦਾ ਐ ਤਕਰੀਬਨ 600 ਦੀ ਲੱਗ ਜਾਂਦੀ ਆ ਉਤੋਂ ਕਮਿਸ਼ਨ ਕੱਟ ਕੇ 600 ਰੁਪਏ ਮਤਲਬ 600 ਦੀ 2 ਕਿਲੋ ਦੀ ਟਰੇ ਵਿਕ ਜਾਂਦੀ ਆ ਹਾਂਜੀ ਬਾਈ ਜੀ ਹਾਂ ਛੋਟੀ ਡੱਬੀ ਜਿਵੇਂ ਤੁਸੀਂ ਕਿਹਾ ਕਿ ਛੋਟੀ ਡੱਬੀ ਵੀ ਕਈ ਮੰਗਾ ਲੈਂਦੇ ਆ ਉਹ ਕਿਵੇਂ ਫਿਰ ਇਹ 80 ਰੁਪਏ ਦੀ ਬਾਈ ਜੀ ਛੋਟੀ ਡੱਬੀ ਇੱਕ ਇਸ ਤੋਂ ਛੋਟੀ ਹੈ ਜਿਹੜੇ ਵੀ ਬਿਲਕੁਲ ਬਰੀਕ ਦਾਣਾ ਨਿਕਲ ਜਾਂਦਾ ਹੈ ਉਹਦੇ ਵਿੱਚ ਹੈਗਾ ਉਹ 50 ਰੁਪਏ ਦੀ ਅੱਛਾ ਸਾਈਜ਼ ਸਾਈਜ਼ ਦਾ ਵੀ ਫਰਕ ਹੁੰਦਾ ਹਾਂਜੀ ਉਹਦਾ ਸ਼ੇਕ ਵਗੈਰਾ ਬਹੁਤ ਵਧੀਆ ਬਣ ਜਾਂਦਾ ਹੈ ਹਾਂਜੀ ਮਤਲਬ ਜਿਹੜਾ ਸਾਈਜ਼ ਦੇ ਹਿਸਾਬ ਨਾਲ ਤੁਸੀਂ ਉਹ ਕਰਦੇ ਹੋ ਵੀ ਸਾਈਜ਼ ਅੱਡਾ ਅੱਟ ਕੱਟ ਕੇ ਡੱਬੀਆਂ ਪਾਉਣਾ ਪੈਂਦਾ ਹੈ ਹਾਂਜੀ ਅੱਡੂ ਅੱਡੀ ਕੱਟ ਕੇ ਬਾਈ ਜੀ ਉਹਦਾ ਰੇਟ ਹੋਰ ਆ ਉਹਦਾ ਘੱਟ ਲੱਗਦਾ ਜਿਹੜਾ ਵੱਡਾ ਮੋਟੇ ਪੀਸ ਆ ਸਟ੍ਰਾਬਰੀ ਦੇ ਇਹਦਾ ਰੇਟ ਵੱਧ ਲੱਗਦਾ ਹਾਂਜੀ ਜਿਆਦਾ ਜਿਵੇਂ ਪੁੱਛਿਆ ਹਨਾ ਵੀ ਮੰਡੀ ਕਿਹੜੀ ਕਿਹੜੀ ਮੰਡੀ ਚ ਲੈ ਕੇ ਜਾਣੇ ਹੋ ਫਸਲ ਨੇੜੇ ਕਿਹੜੀ ਮੰਡੀ ਪੈਂਦੀ ਆ ਸਾਦਕ ਜਾਂ ਫਰੀਦਕੋਟ ਜਾਂ ਕਿਤੇ ਹੋਰ ਵੀ ਨਹੀਂ ਬਾਈ ਜੀ ਵੇਚਣ ਤਾਂ ਜਿੱਥੇ ਮਰਜ਼ੀ ਵੇਚ ਲਓ ਸਾਦਕ ਵੀ ਵਿਕ ਜਾਂਦੀ ਹੈ ਦੁਕਾਨਾਂ ਤੇ ਵਿਕ ਜਾਂਦੀ ਹੈ ਪਰ ਮੈਂ ਫਰੀਦਕੋਟ ਤੇ ਫਰਵਿਪਰ ਲੈ ਕੇ ਜਾਂਦਾ ਹਾਂਜੀ ਹਾਂਜੀ ਵਿਕ ਜਾਂਦੀ ਹੈ ਜੀ ਪੰਜਾ ਕਨਾਲਾਂ ਚੋਂ ਬਈ ਪੰਜਾ ਕਨਾਲਾਂ ਚੋਂ ਕਿੰਨੀ ਕੁ ਫਸਲ ਜਿਹੜੀ ਨਿਕਲੇ ਆਉਂਦੀ ਆ ਤੇ ਤੜਾਈ ਇਹਦੀ ਕਿਵੇਂ ਹੁੰਦੀ ਆ ਕਿੰਨੇ ਦਿਨਾਂ ਬਾਅਦ ਹੁੰਦੀ ਤੜਾਈ ਇਹ ਪਹਿਲਾਂ ਤਾਂ ਬਾਈ ਜੀ ਅਸੀਂ ਰੋਜ਼ ਹੀ ਤੋੜਦੇ ਰਹੇ ਆ ਤੇ ਹੁਣ ਅਸੀਂ ਤੀਜੇ ਦਿਨੋਂ ਤੋੜਦੇ ਆ ਤੇ ਹੋ ਸਕਦਾ ਜਦੋਂ ਅਸਿਆਲ ਵਾਜੇ ਵੀ ਠੰਡ ਜ਼ਿਆਦਾ ਹੋ ਜੇ ਦੋ ਦਿਨ ਵੀ ਰੁਕਣਾ ਪੈ ਜਾਵੇ ਤਿੰਨ ਵੀ ਰੁਕਣਾ ਪੈ ਸਕਦਾ ਤੇ ਟੁੱਟ ਜਾਂਦੀ ਐ ਤੇ ਤੋੜ ਕੇ ਅਸੀਂ ਪੈਕਿੰਗ ਕਰਕੇ ਵੇਚੀ ਜਾਂਦੇ ਆ ਤਿੰਨ ਦਿਨਾਂ ਬਾਅਦ ਮਤਲਬ ਕਿੰਨੀ ਕੁ ਫਸਲ ਨਿਕਲੇ ਆਉਂਦੀ ਪੰਜਾ ਕਨਾਲਾਂ ਚੋਂ ਬਲਕਿ ਇੱਕ ਦਿਨ ਛੱਡ ਕੇ ਤੀਜੇ ਦਿਨੋਂ ਜਿਹੜੀ ਹੈਗੀ ਆ ਇਹ 50 ਕਿਲੋ ਟੁੱਟ ਜਾਂਦੀ ਬਈ ਹਾਂ ਜਿੰਨਾ ਸਮਾਂ ਮਤਲਬ ਤੜਾਈ ਕਿੰਨੇ ਵਾਰ ਹੋ ਜਾਂਦੀ ਹੈ ਦੀ ਸੀਜ਼ਨ ਚ ਸੀਜ਼ਨ ਤੇ ਹਜੇ ਤਾਂ ਅਸਲ ਚ ਗਾਂ ਪਤਾ ਲੱਗੂਗਾ ਮੇਰਾ ਪਹਿਲੀ ਪਹਿਲੀ ਵਾਰੀ ਦਾ ਸਮਾਂ ਹੈ ਤੇ ਪੂਰਾ ਪ੍ਰੋਪਰ ਤਾਂ ਲੱਗੂਗਾ ਅਪ੍ਰੈਲ ਦੇ ਵਿੱਚ ਪਤਾ ਤੇ ਜਿਹੜੀ ਇਹ ਹੈਗੀ ਹੈ ਫਸਲ ਇਹ ਦਸਣ ਮੁਤਾਬਕ ਆ ਵੀ ਜਦਨਾ ਚਰ ਠੰਡ ਰਹਿੰਦੀ ਹੈ ਮਾਰਚ ਦੇ ਮਹੀਨੇ ਤੱਕ ਜਾਂ ਅਪ੍ਰੈਲ ਦਾ ਅੱਧਾ ਮਹੀਨਾ ਉਦੋਂ ਤੱਕ ਸਟ੍ਰੋਬਰੀ ਰਹੂਗੀ ਤੋਂ ਨਾ ਚਰ ਆਪਣਾ ਫਲ ਦੇਈ ਜਾਊਗੀ ਹਾਂਜੀ ਤਾਂ ਖੋਦੀ ਬਾਈ ਹੁਰੀ ਪ੍ਰੋਸੈਸਿੰਗ ਕਰਦੇ ਆ ਦਿਖਾਇਆ ਬਾਈ ਹੁਰਾਂ ਨੇ ਆਪਾਂ ਨੂੰ ਤੇ ਬਾਈ ਸਟ੍ਰੌਬਰੀ ਦੇ ਨਾਲ ਕੁਝ ਹੋਰ ਵੀ ਲਾਇਆ ਹੋਇਆ ਹਾਂਜੀ ਬਾਈ ਜੀ ਲਾਇਆ ਸਟ੍ਰੌਬਰੀ ਦੇ ਵਿੱਚ ਮਿਰਚ ਲਾਤੀ ਐ ਪੰਜ ਗਰਾਂ ਵਾਲਾ ਜੀ ਤੇ ਨਾਲ ਹੀ ਵਿੱਚ ਹਰਾ ਗੰਡਾ ਵੇਚਣ ਵਾਸਤੇ ਉਹ ਵੀ ਪੰਜ ਗਰਾਂ ਵਾਲਾਂ ਦੇ ਵਿੱਚ ਲਾਤਾ ਜਿਹੜੇ ਥਾਂ ਖਾਲੀ ਸੀ ਉੱਥੇ ਗੰਡਾ ਲਾਤਾ ਅੱਛਾ ਗੰਡਾ ਕਿੱਥੇ ਲੱਗਿਆ ਹੋਇਆ ਤੇ ਮਿਰਚ ਕਿੱਥੇ ਲਾਈ ਆ ਤੁਸੀਂ ਜਿਹੜਾ ਬੈੱਡ ਆ 3 ਫੁੱਟ ਦਾ ਉਹਦੇ ਵਿਚਾਲੇ ਕਰਕੇ ਬਿਲਕੁਲ ਸੈਂਟਰ ਦੇ ਵਿੱਚ ਮਿਰਚ ਲਾਤੀ ਐ ਤੇ ਗੰਡਾ ਉੱਥੇ ਲਾਤਾ ਜਿੱਥੇ ਜਿੱਥੇ ਬੂਟੇ ਸੁੱਕੇ ਸੀਗੇ ਤੇ ਉਹਨਾਂ ਥਾਵਾਂ ਤੇ ਗੰਡਾ ਇਹ ਮਤਲਬ ਦਿੱਕਤ ਤਾਂ ਨਹੀਂ ਕੋਈ ਆਉਂਦੀ ਫਸਲ ਨੂੰ ਹਨਾ ਨਹੀਂ ਬਾਈ ਜੀ ਇਹ ਜਿਹੜੀ ਮਿਰਚ ਲਾਈ ਹੈ ਇਹਦਾ ਫਾਇਦਾ ਹੁੰਦਾ ਜਦੋਂ ਮਾਰਚ ਤੋਂ ਬਾਅਦ ਗਰਮੀ ਵੱਧ ਜਾਂਦੀ ਹੈ ਇਹ ਆਪਾਂ ਨੂੰ ਤੜਾਈ ਇੱਕ ਅੱਧਾ ਵੱਧ ਦੇ ਸਕਦੀ ਹੈ ਕਿਉਂ ਮਿਰਚ ਦੀ ਇਹਨੂੰ ਛਾਂ ਹੋ ਜਾਂਦੀ ਹੈ ਛਾਂ ਦੇ ਨਾਲ ਬੂਟਾ ਠੰਡਾ ਰਹੂਗਾ ਤੇ ਇਹਦੇ ਨਾਲ ਵੀ ਆਪਾਂ ਨੂੰ ਤੜਾਈ ਇੱਕ ਅੱਧ ਦੀ ਵੱਧ ਦੇ ਜਿਹੜੀ ਵੱਧ ਦੇ ਗਿਆ ਉਹੋ ਹੀ ਲਾਈ ਦੀ ਹੈ ਪਾਣੀ ਬਾਈ ਕਿੰਨਾਕ ਮਤਲਬ ਲੋਡ ਪੈਂਦੀ ਹੈ ਇਹਨੂੰ ਪਾਣੀ ਫਿਰ ਕਿਵੇਂ ਲਾਉਣੀ ਹੈ ਉਹਨੂੰ ਪਾਣੀ ਬਾਈ ਜੀ ਡ੍ਰਿਪ ਸਿਸਟਮ ਰਾਈ ਲਾਉਣੇ ਆ ਪਹਿਲਾਂ ਤਾਂ ਗਰਮੀ ਦੇ ਵਿੱਚ ਜੋ ਨਵੇਂ ਮਹੀਨੇ ਲਾਈ ਸੀਗੀ ਫਮਾਰਾ ਸਿਸਟਮ ਲਾਇਆ ਸੀਗਾ ਸਮਾਰੇ ਰਾਹੀਂ ਪਾਣੀ ਦਿੰਦੇ ਰਹੇ ਉਹ ਤਾਂ ਦਿਹਾੜੀ ਚ ਤਿੰਨ ਵਾਰੀ ਵੀ ਦੇਣਾ ਪੈਂਦਾ ਸੀਗਾ ਕਈ ਵਾਰੀ ਜਨਰੇਟਰ ਲਾ ਕੇ ਵੀ ਪਾਣੀ ਲਾਇਆ ਹੈ ਲਾਈਟ ਨਹੀਂ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਹੁਣ ਹੁਣ ਹਫਤੇ ਚੋ ਦੋ ਵਾਰੀ ਵੀ ਪਾਣੀ ਦਿੱਤਾ ਜਾਂਦਾ ਤੇ ਸਮੇਂ ਦਾ ਹਿਸਾਬ ਨਾਲ ਵੇਖਿਆ ਜਾਂਦਾ ਠੰਡ ਦਾ ਤੇ ਕਈ ਵਾਰ ਹਫਤੇ ਚ ਇੱਕ ਵਾਰੀ ਆਉਂਦਾ ਆਉਂਦਾ ਡ੍ਰਿਪਰ ਆਈ ਹੈ ਇੱਕ ਬਾਈ ਪਾਣੀ ਤਾਂ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਫਿਲਟਰ ਲਾਇਆ ਹੋਇਆ ਫਿਲਟਰ ਦੀ ਕਿਉਂ ਲੋੜ ਪੈਂਦੀ ਹੈ ਮੈਂ ਚਾਹੁੰਗਾ ਫਿਲਟਰ ਵੀ ਸਾਨੂੰ ਤੁਸੀਂ ਦਿਖਾਓ ਹਨਾ ਹਾਂਜੀ ਬਾਈ ਜੀ ਫਿਲਟਰ ਤਾਂ ਇਸ ਕਰਕੇ ਲਾਇਆ ਬਾਈ ਜੀ ਇੱਕ ਤਾਂ ਮੈਂ ਨਹਿਰ ਦਾ ਪਾਣੀ ਲਾਉਣਾ ਸੀਗਾ ਨਹਿਰ ਦੇ ਪਾਣੀ ਦੇ ਵਿੱਚ ਮਿੱਟੀ ਉਹ ਪਾਈਪਾਂ ਜਿਹੜੇ ਸਰਾਖ ਉਹ ਬੰਦ ਹੋ ਜਾਂਦੇ ਆ ਤੇ ਬਾਕੀ ਜੀ ਆਪਣੀ ਮੋਟਰ ਵੀ ਪਾਣੀ ਰੇਤਾ ਕੱਢਿਆਵੇ ਕਈ ਵਾਰ ਅਚਾਨਕ ਰੇਤਾ ਕੱਢਿਆ ਹੁੰਦੀ ਹੈ ਜਾਂ ਕੱਢਦੀ ਹੁੰਦੀ ਹੈ ਇਸ ਕਰਕੇ ਉਹ ਫਿਲਟਰ ਲਾਇਆ ਵੀ ਪਾਣੀ ਸਾਫ਼ ਹੋ ਕੇ ਹੀ ਗਾਂ ਜਾਵੇ ਤੇ ਮਿੱਟੀ ਨਾ ਜਾਵੇ ਮੈਂ ਚਾਹੁੰਗਾ ਫਿਲਟਰ ਵੀ ਸਾਨੂੰ ਦਿਖਾਓ ਹਣਾ ਤੁਸੀਂ ਹਾਂਜੀ ਬਾਈ ਜੀ ਆਜੋ ਖਾਈ ਗਈ ਤਾਂ ਬਾਈ ਜੀ ਫਿਲਟਰ ਦਿਖਾਉਣ ਲੱਗੇ ਆਪਾਂ ਨੂੰ ਤੇ ਫਿਲਟਰ ਦੀ ਲੋੜ ਕਿਉਂ ਪੈਂਦੀ ਆ ਪੁੱਛਦੇ ਆ ਆਪਾਂ ਬਈ ਅੱਛਾ ਇਧਰ ਮੋਟਰ ਲੱਗੀ ਐ ਤੇ ਇਧਰ ਫਿਲਟਰ ਆ ਖੂਹ ਦੇ ਵਿੱਚ ਮੋਟਰ ਲੱਗੀ ਬਾਈ ਜੀ ਕੂਜੇ ਪਾਣੀ ਪਹਿਲਾਂ ਤਾਂ ਆਉਂਦਾ ਸੀ ਆ ਹੌਦੀ ਚ ਹੌਦੀ ਚ ਆਪਣਾ ਫਸਲਾਂ ਲਾਈ ਜਾਂਦੇ ਸੀਗੇ ਜਦੋਂ ਦੀ ਸਟ੍ਰਾਬਰੀ ਲਾਈ ਆ ਉਦੋਂ ਆ ਆਪਾਂ ਨੂੰ ਸਾਰਾ ਕੰਮ ਕਰਨਾ ਪਿਆ ਪਲਾਸਟਿਕ ਦੀ ਪੈਪ ਪਾਈ ਐ ਜੋੜ ਪਾ ਕੇ ਹਸਾਬ ਨਾਲ ਆ ਫਿਲਟਰ ਲਾ ਕੇ ਤੇ ਅੱਗੇ ਡ੍ਰਿਪ ਸਿਸਟਮ ਦਿੱਤਾ ਹੋਇਆ ਅੱਛਾ ਇੱਧਰ ਆ ਜਿਓ ਭਈ ਆਹ ਅੱਛਾ ਇਹ ਇਹ ਫਿਲਟਰ ਆ ਹੈ ਹਾਂਜੀ ਭਾਈ ਜੀ ਆ ਫਿਲਟਰ ਆ ਇਹ ਤਾਂ ਵੈਸੇ ਮਿੱਟੀ ਵਾਲਾ ਫਿਲਟਰ ਹੈ ਜੇ ਜੇ ਕਿਸੇ ਨੂੰ ਵੱਡੇ ਦੀ ਲੋਡ ਪਵੇ ਤੇ ਲੱਗਦਾ ਨਹੀਂ ਆ ਛੋਟੇ ਨਾਲ ਵੀ ਸਰ ਜਾਂਦਾ ਵੈਸੇ ਤਾਂ ਛੋਟਾ ਫਿਲਟਰ ਕਿਹੜਾ ਹੁੰਦਾ ਹਾਂ ਉਹ ਵੀ ਮਿੱਟੀ ਸਾਫ਼ ਕਰਦਾ ਬਾਈ ਜੀ ਇਹ ਹੈਗਾ ਨਹਿਰੀ ਪਾਣੀ ਦੇਣ ਵਾਸਤੇ ਨਹਿਰ ਦਾ ਪਾਣੀ ਚ ਮਿੱਟੀ ਜਿਆਦਾ ਆ ਜਾਂਦੀ ਹੈ ਉਹ ਜੇ ਇਹਦੇ ਵਿੱਚ ਨਾ ਫਿਲਟਰ ਸਾਫ਼ ਪਾਣੀ ਸਾਫ਼ ਹੋਵੇ ਤੇ ਗਾਂ ਪਾਈਪਾਂ ਜਾ ਕੇ ਫਸ ਜਾਂਦਾ ਤੇ ਪਾਣੀ ਪ੍ਰੋਪਰ ਢੰਗ ਨਾਲ ਸਟਰਾਬਰੀ ਨੂੰ ਨਹੀਂ ਮਿਲਦਾ ਅੱਛਾ ਇਹ ਇਹ ਬਾਈ ਫਿਰ ਕਿਹਨੇ ਦੱਸਿਆ ਸੀ ਇਹ ਤੁਹਾਨੂੰ ਕਿੱਥੋਂ ਪਤਾ ਲੱਗਿਆ ਇਹ ਪਰ ਇਹ ਬਾਈ ਜਿਹੜੇ ਪਹਿਲਾਂ ਦੇ ਕੰਮ ਕਰਦੇ ਆ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਬਾਈ ਮੋਗੇ ਤੋਂ ਜਸਪ੍ਰੀਤ ਨਾਲ ਉਹਨਾਂ ਨੇ ਸਾਰਾ ਕੁਝ ਦੱਸਿਆ ਤੇ ਵੀ ਇਹ ਸਾਰਾ ਜਿਗੜ ਲਾ ਲਈ ਤੈਨੂੰ ਗਾਂ ਡਿੱਕਤਾਂ ਨਹੀਂ ਆਉਣਗੀਆਂ ਜੇ ਨਾਲ ਆਇਆ ਤੇ ਤੂੰ ਨਵਾਂ ਬੰਦਾ ਹੈ ਤੇ ਫਿਰ ਤੈਨੂੰ ਡਿੱਕਤਾਂ ਹੋਣਗੀਆਂ ਇੱਕ ਕਿੱਥੋਂ ਲਿਆਂਦਾ ਸੀ ਫਿਰ ਇਹ ਇਹ ਬਾਈ ਜੀ ਜੁਡੀਗਰਸਟੀ ਗੱਲ ਕੀਤੀ ਸੀ ਪੀਏਯੂ ਚ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਐਦਾਂ ਕਰਕੇ ਇਹਦੀ ਫੈਲ ਬਣੂਗੀ ਤੇ ਸਬਸਿਡੀ ਤੇ ਹੈ ਤੇ ਸਬਸਿਡੀ ਤੇ ਪਾਸ ਹੋਊਗਾ ਤੇ ਮਿਲ ਜਾਊਗਾ ਕਿੰਨਾ ਖਰਚ ਆ ਗਿਆ ਵੇਸੀ ਇਹਦਾ ਫਿਲਟਰ ਲਵਾਉਣ ਦਾ ਇਹ ਬਾਈ ਜੀ ਇੱਕ ਕਿੱਲੇ ਦਾ ਖਰਚਾ ਹੈ 188 ਆ 190000 ਰੁਪਏ ਲੱਗੇ ਇਹ ਫਿਲਟਰ ਇੱਕ ਲੱਖ 90000 ਦਾ ਪੈ ਜਾਂਦਾ ਹਾਂ ਫਿਲਟਰ ਤੇ ਨਾਲ ਪਾਈਪਾਂ ਬਾਈ ਜੀ ਸਬਸਿਡੀ ਕਿੰਨੀ ਕ ਮਿਲ ਜਾਂਦੀ ਹੈ 80% ਬਾਈ ਜੀ ਹਮ 80% ਸਬਸਿਡੀ ਹਾਂ ਜੀ ਮਿਲ ਗਈ ਹੁਣ ਕਿ ਹਾਂ ਜੀ ਹਾਂ ਜੀ ਮਿਲ ਮਿਲ ਮਿਲਿਆ ਰਹੀ ਹੈ ਫੋਨ ਆ ਗਿਆ ਤੇ ਮਿਲ ਜੂਗੀ ਇਹਦੇ ਮਤਲਬ ਕਈ ਵਾਰੀ ਆ ਹੁੰਦਾ ਨਾ ਵੀ ਸਬਸਿਡੀ ਮਿਲਦੀ ਨਹੀਂ ਕਿ ਕਈ ਵਾਰੀ ਕਈ ਕਿਸਾਨਾਂ ਨੂੰ ਨਹੀਂ ਮਿਲਦੀ ਜੀ ਹਾਂ ਜੀ ਹਾਂ ਜੀ ਹਾਂ ਵੀ ਜੇ ਕਿਸੇ ਨੇ ਨਵਾਂ ਸ਼ੁਰੂ ਕਰਨਾ ਹੋਵੇ ਵੀ ਸਬਸਿਡੀ ਵੀ ਮਿਲ ਜੂਗੀ ਨਹੀਂ ਨਹੀਂ ਮਿਲ ਗਈ ਬਾਈ ਜੀ ਅੱਛਾ ਹਾਂ ਜੀ ਪ੍ਰੋਪਰ ਪੈਸੇ ਆ ਗਏ ਸਰਕਸ ਹੋ ਗਿਆ ਅੱਛਾ ਇੱਕ ਤੁਸੀਂ ਹੋਰ ਕਹਿ ਰਹੇ ਹੋ ਵੀ ਛੋਟਾ ਫਿਲਟਰ ਛੋਟਾ ਫਿਲਟਰ ਕਿਹੜਾ ਲੱਗਿਆ ਹੋਇਆ ਹੈਗਾ ਆ ਬਾਈ ਜੀ ਅੱਛਾ ਅੱਗੇ ਆਜੋ ਕ੍ਰਿਸ਼ਨ ਮੈਂ ਚਾਹ ਆ ਛੋਟਾ ਫਿਲਟਰ ਲਾਇਆ ਹੋਇਆ ਹੈ ਬਾਈ ਹੋਰਾਂ ਨੇ ਵੈਸੇ ਆ ਜਿਹੜੀ ਚੀਜ਼ ਹੈ ਮੈਂ ਪਿੱਛੇ ਦੱਸਣਾ ਮੜਿਆ ਇਹ ਵੈਂਚਰੀ ਕਹਿੰਦੇ ਇਹਨੂੰ ਅੱਛਾ ਜੀ ਇਹ ਨਾਲ ਸਪਰੇਅ ਵਗੈਰਾ ਜੋ ਇਹਨੂੰ ਦੇਣੀ ਹੈ ਇੱਥੇ ਜੋ ਵੀ ਡਰਮ ਦੇ ਵਿੱਚ ਪਾ ਕੇ ਤੇ ਇੱਥੋਂ ਇਹਨੂੰ ਛੱਡਿਆ ਜਾਂਦਾ ਤੇ ਸਪਰੇਅ ਆ ਸਾਰੀ ਇਹਦੇ ਵਿੱਚ ਹੁਣ ਬੰਦ ਆ ਕੀ ਵਰਦਿਆ ਹੁਣ ਇਸ ਟਾਈਮ ਤੇ ਬੰਦ ਹੈ ਜੀ ਇਹ ਮਤਲਬ ਤੜਾਈ ਤੋਂ ਬਾਅਦ ਸਾਫ਼ ਕਰਨ ਨੂੰ ਜਾਂ ਕਿਵੇਂ ਸਪਰੇਅ ਨਹੀਂ ਜੇ ਫੰਗੀਸਾਈਡ ਦੀ ਸਪਰੇਅ ਵਿੱਚ ਥੱਲੇ ਦੇਣੀ ਹੋਵੇ ਤਾਂ अच्छा सीधी पाइपਾਂ ਚ ਹੀ ਜਾਵੜਦੀ ਹਾਂ ਇੱਥੋਂ ਸਿੱਧੀ ਜਾਵੜਦੀ ਹੈ ਜੇ ਉੱਤੇ ਕਰਨੀ ਹੋ ਤਾਂ ਉੱਤੇ ਵੀ ਕੀਤੀ ਜਾਂਦੀ ਹੈ ਹੂੰ ਅੱਛਾ ਇੱਥੋਂ ਹੀ ਜਾਵੜਦੀ ਵੀ ਪਾਈਪਾਂ ਦੇ ਵਿੱਚ ਦੀ ਹੁੰਦੀ ਸਪਰੇਅ ਜੀ ਪਾਉਣੀ ਹੁੰਦੀ ਹਾਂਜੀ ਹਾਂਜੀ ਬਾਈ ਜੀ ਸਪਰੇਅ ਫਿਰ ਮਤਲਬ ਇਹਨੂੰ ਲਾ ਦਨੇ ਹੋ ਤੁਸੀਂ ਸਪਰੇਅ ਵਾਲੀ ਮਤਲਬ ਜਿਹੜੀ ਮੰਨ ਕੇ ਚੱਲੋ ਅਸੀਂ ਆਪਾਂ ਬਾਲਟੀ ਲੈਣ ਲਈ ਅੱਛਾ ਬਾਲਟੀ ਰੱਖ ਲੈਨੇ ਹੋ ਬਾਲਟੀ ਜਾਂ ਵੈਸੇ ਤਾਂ ਵੱਡਾ ਡਰਮ ਰੱਖਦੇ ਹਾਂ ਡਰਮ ਦੇ ਵਿੱਚ ਕੋਲ ਕੇ ਸਪਰੇਅ ਵਿੱਚੇ ਪਾਣੀ ਪਾ ਕੇ ਸਾਰਾ ਜਿੰਨਾ ਦੇਣਾ ਹੁੰਦਾ ਆ ਪਾਈਪ ਵਿੱਚ ਪਾ ਦਨੇ ਹੋ ਡਰਮੀ ਦੀ ਤੇ ਬਟਨ ਛੱਡ ਦੇਈਦਾ ਠੀਕ ਹੈ ਤੇ ਦੋ ਤਿੰਨ ਮਿੰਟਾਂ ਚ ਸਾਰੀ ਸਪਰੇਅ ਆਪਣੀ ਸਟੋਬਰੀਂ ਪਹੁੰਚ ਜਾਂਦੀ ਹੈ। ਵੀ ਆਪ ਕਰਨ ਦੀ ਲੋੜ ਨਹੀਂ ਪਾਈਪਾਂ ਵਿੱਚ ਦੀ ਚਲੀ ਜਾਂਦੀ ਹੈ। ਹਾਂ ਇਹ ਜਿਹੜੀ ਉੱਤੇ ਕਰਨੀ ਉਹ ਤਾਂ ਆਪ ਨੂੰ ਕਰਨੀ ਪੈਂਦੀ ਡਰਮੀ ਰਾਈ ਜਿਹੜੀ ਥੱਲੇ ਜੜਾ ਨੂੰ ਦੇਣੀ ਹੁੰਦੀ ਹੈ ਡ੍ਰਿੰਚ ਕਰਨੀ ਹੈ ਉਹ ਇਹਦੇ ਨਾਲ ਦਿੱਤੀ ਜਾਂਦੀ ਹੈ। ਹਾਂਜੀ। ਅੱਛਾ ਇਹਦਾ ਬਾਈ ਕੀ ਕੰਮ ਹੁੰਦਾਗਾ? ਇਹ ਵੀ ਫਿਲਟਰ ਪਾਣੀ ਸਾਫ਼ ਕਰਨ ਵਾਲਾ ਬਾਈ ਜੀ। ਬਸ ਉਹ ਜਦੋਂ ਵੱਡਾ ਲੱਗਿਆ ਇਹ ਲੱਗਣਾ ਹੈ ਇਹਦੇ ਤੋਂ ਬਿਨਾ ਜੇ ਇਹ ਲਾਉਣਾ ਤੇ ਉਹਦੀ ਕਈ ਵਾਰ ਨਹੀਂ ਲੋੜ ਪੈਂਦੀ ਜੇ ਆਪਣਾ ਨਹਿਰ ਦਾ ਪਾਣੀ ਨਹੀਂ ਲਾਉਣਾ ਤੇ ਫਿਰ ਉਹ ਵੱਡੇ ਦੀ ਲੋੜ ਨਹੀਂ ਗਈ। ਫਿਰ ਕੱਲਾ ਮੋਟਰ ਤਾਂ ਚੱਲ ਜਾਂਦਾ ਮੋਟਰ ਤਾਂ ਇਹਦੇ ਨਾਲ ਚੱਲਦਾ ਹੈ। ਤੇ ਨਹਿਰ ਦਾ ਪਾਣੀ ਲਾਉਣਾ ਤਾਂ ਵੱਡਾ ਚੱਲੂਗਾ ਹੁਣ ਬਾਈ ਫਿਰ ਕੰਮ ਇਧਰ ਥੋੜਾ ਪੂਰਾ ਹੋ ਗਿਆ ਹੈ ਤੇ ਇਹ ਸਵੇਰੇ ਲੈ ਕੇ ਜਾਉਂਗੇ ਹੁਣ ਸਟਰਾਬਰੀ ਨਹੀਂ ਬਾਈ ਜੀ ਹੁਣੇ ਪੈਕਿੰਗ ਕਰਕੇ ਰਸੀਆਂ ਰਸੀਆਂ ਬੰਨ ਕੇ ਚੰਗੀ ਤਰ੍ਹਾਂ ਕਾਰ ਕੋਲੇ ਖੜੀ ਹੈ ਗੱਡੀ ਚ ਰੱਖ ਕੇ ਡਿੱਗੀ ਚ ਤੇ ਹੁਣ ਇਸ ਵੇਲੇ ਲੈ ਕੇ ਜਾਉਂਗਾ ਮੰਡੀ ਦੇ ਜਾਉਂਗਾ ਅੱਛਾ ਇਸ ਵੇਲੇ ਮਤਲਬ ਹੱਥ ਨਹੀਂ ਹੈ ਹਾਂਜੀ ਹਾਂਜੀ ਸ਼ਾਮ ਦੇ ਟਾਈਮ ਬਾਈ ਜੀ ਦੂਜੀ ਸ਼ਾਮ ਨੂੰ ਲੈ ਕੇ ਜਾਣੇ ਹਾਂਜੀ ਸਵੇਰੇ ਤਾਂ ਬਾਈ ਜੀ ਧੁੰਦ ਬਹੁਤ ਹੋ ਜਾਂਦੀ ਹੈ ਤੇ ਐਕਸੀਡੈਂਟ ਦਾ ਡਰ ਰਹਿੰਦਾ ਹੈ ਉਹ ਮੰਡੀ 'ਚ ਗੱਲ ਕੀਤੀ ਹੋਈ ਹੈ ਉਥੇ ਮਲਗੀ 8-ਟਾਲੇ ਹੁੰਦੇ ਆ ਉਹਨਾਂ ਨੂੰ ਐਸ ਵੇਲੇ ਪਛਾ ਦੇਈਦੀ ਹੈ ਤੇ ਤੜਕਿਓ ਆਪੇ ਆਪ ਦੇ ਸਟੋਰ 'ਚੋਂ ਕੱਢ ਕੇ ਵੇਚ ਦਿੱਤੇ ਜਿਹੜੇ ਭਾਈ ਨਵੇਂ ਕਿਸਾਨ ਸ਼ੁਰੂ ਕਰਨਾ ਚਾਹੁੰਦੇ ਹੁਣ ਕੰਮ ਉਹਨਾਂ ਨੂੰ ਕਹਿਣਾ ਚਾਹੂਗੇ ਕੁਝ ਹਾਂਜੀ ਭਾਈ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਕਣਕ ਛੋਨੇ 'ਚੋਂ ਨਿਕਲ ਕੇ ਥੋੜਾ ਥੋੜੀਆਂ ਵੈਰਾਈਟੀਆਂ ਆਪਦੀ ਫਸਲ ਦੇ ਮੁਤਾਬਕ ਆਪਦੇ ਜ਼ਮੀਨ ਦੇ ਹਿਸਾਬ ਨਾਲ ਆਪਾਂ ਦੂਜੇ ਪਾਸੇ ਸਬਜ਼ੀ ਵਾਲੇ ਪਾਸੇ ਵੀ ਆਈਏ ਫਰੂਟ ਵਾਲੇ ਪਾਸੇ ਆਈਏ ਬਾਕੀ ਬਾਗ ਵਾਲੇ ਪਾਸੇ ਵੀ ਆਈਏ ਜਿਹਦੇ ਨਾਲ ਹੀ ਆਪਾਂ ਨੂੰ ਡ੍ਰਿਪ ਸਿਸਟਮ ਨਾਲ ਪਾਣੀ ਵੀ ਤੇ ਪਾਣੀ ਦੀ ਬਚਤ ਹੁੰਦੀ ਐ ਤੇ ਆਉਣਾ ਚਾਹੀਦਾ ਬਾਈ ਜੀ ਮੁਨਾਫਾ ਵੀ ਵੱਧ ਜਵਾਕ ਜੂ ਕਹੋਂਦੇ ਆ ਤੋੜ ਕੇ ਲੈ ਜਾਂਦੇ ਆ ਨਹੀਂ ਆਉਂਦੇ ਬਾਈ ਜੀ ਬਾਪੂ ਦਾ ਸੁਭਾਅ ਉਹ ਕਬਾ ਠੀਕ ਐ ਨਹੀਂ ਨੋ ਮੈਂ ਕਹ ਜੂ ਫਸਲ ਜਿਹੜੀ ਲੱਗੀ ਐ ਸਟਰਾਬਰੀ ਹੈ ਨਾ ਚਾਰਜ ਆ ਹੁੰਦਾ ਜਵਾਕਾਂ ਨੂੰ ਆਉਂਦੇ ਨਹੀਂਗੇ ਨਹੀਂ ਨਹੀਂ ਬਾਈ ਕੋਈ ਆਉਂਦੇੜੀ ਚਾਰਜ ਫੇਰੇ ਤਾਰਾਂ ਲੱਗੀਆਂ ਬਾਈ ਜੀ ਕਿਤੇ ਦੂਰੀ ਤਾਰ ਲੱਗੀ ਐ ਕਿਤੇ ਤੀਰੀ ਲੱਗੀ ਐ ਇੱਥੇ ਗਾਈਆਂ ਦਾ ਵੀ ਜਾੜਾ ਹੈਗਾ ਗਾਈਆਂ ਤੋਂ ਵੀ ਅਸੀਂ ਤਰਾਂ ਤੁਰਾਂ ਲਾਈਆਂ ਵੀ ਆ ਬਾਕੀ ਬਾਪੂ ਤੋਂ ਡਰਦਾ ਤਾਂ ਕੋਈ ਆਉਂਦਾ ਹੀ ਨਹੀਂ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਬਾਈ ਜੀ ਥੈਂਕ ਯੂ ਅੱਜ ਸੀ ਕੇ ਬਾਈ ਪ੍ਰਦੀਪ ਸਿੰਘ ਤੇ ਸਟਰਾਬਰੀ ਇਹਨਾਂ ਨੇ ਲਾਈ ਆ ਤੇ ਕਹਿ ਰਹੇ ਨੇ ਕਿ ਫਸਲੀ ਉਹ ਭਿੰਨਤਾ ਨੂੰ ਲਾਗੂ ਕਰਨ ਦੇ ਲਈ ਫਸਲੀ ਚੱਕਰ ਚੋਂ ਨਿਕਲ ਕੇ ਕਣਕ ਝੋਨੇ ਦੇ ਗੇੜ ਚੋਂ ਨਿਕਲ ਕੇ ਨਵੇਂ ਫਸਲਾਂ ਨਵੀਆਂ ਜਿਹੜੀਆਂ ਫਸਲਾਂ ਨੇ ਉਹ ਲਾਉਣ ਦੀ ਲੋੜ ਆ ਕਿੱਲੇ ਦੋ ਕਿੱਲੇ ਦੇ ਨਾਲ ਸ਼ੁਰੂਆਤ ਕਰਨ ਦੀ ਲੋੜ ਆ ਕਹਿ ਰਹੇ ਨੇ ਮੈਂ ਸਟਰਾਬਰੀ ਲਾਈ ਆ ਪੰਜ ਕਨਾਲਾਂ ਚ ਸਟਰਾਬਰੀ ਲਾਈ ਆ ਤੇ ਕਹਿ ਰਹੇ ਨੇ ਕਿ ਵਧੀਆ ਆ ਜਿਹੜਾ ਆ ਹਾਲਾਂਕਿ ਮਿਹਨਤ ਦੀ ਲੋੜ ਜ਼ਰੂਰ ਹੈ ਇਸ ਕੰਮ ਦੇ ਵਿੱਚ ਪਰ ਕਹ ਰਹੇ ਨੇ ਕਿ ਚੰਗੀ ਰੋਟੀ ਜਿਹੜੀ ਆ ਮੈਂ ਖਾ ਰਿਆਂ ਚੰਗੀ ਜਿਹੜੀ ਕਮਾਈ ਆ ਇਸ ਦੇ ਵਿੱਚੋਂ ਹੋ ਰਹੀ ਆ ਚੰਗਾ ਮੁਨਾਫਾ ਸਟ੍ਰਾਬਰੀ ਮੈਨੂੰ ਇਸ ਵਾਰ ਦੇਖ ਕੇ ਗਈ ਆ ਪਹਿਲੇ ਸਾਲ ਹੀ ਇਹਨਾਂ ਨੇ ਸਟ੍ਰਾਬਰੀ ਲਾਈ ਆ ਸੋ ਦੂਜੇ ਕਿਸਾਨਾਂ ਨੂੰ ਵੀ ਕਹਿ ਰਹੇ ਆ ਕਿ ਸਟ੍ਰਾਬਰੀ ਜਿਹੜੀ ਆ ਉਹ ਲਾਈ ਜਾ ਸਕਦੀ ਆ ਚੰਗੀ ਫਸਲਾ ਸਟ੍ਰਾਬਰੀ ਇੱਕ ਸੋ ਜਿਹੜੇ ਬਾਕੀ ਕਿਸਾਨ ਲਾਉਣਾ ਚਾਹੁੰਦੇ ਆ ਉਹ ਵੀ ਕਿੱਲੇ 2 ਕਿੱਲੇ ਤੋਂ ਸ਼ੁਰੂਆਤ ਕਰਕੇ ਜ਼ਰੂਰ ਸਟ੍ਰਾਬਰੀ ਲਾਉਣ ਕੈਮਰਨ ਕ੍ਰਿਸ਼ਨ ਦੇ ਨਾਲ ਮੈਂ ਸੁਮਨਜੀਤ ਸਿੰਘ ਤੋਂ ਪੰਜਾਬ ਟੀਵੀ ਫਰੀਦਕੋਟ